ਅਗਰ ਤੁਸੀਂ ਚਾਹਦੇ ਹੋ ਕਿ ਰਮਜ਼ਾਨ ਦਾ ਪੂਰਾ ਸਵਾਬ ਤੁਹਾਨੂੰ ਮਿਲੇ ਰੋਜ਼ੇ ਦਾ ਪੂਰਾ ਸਵਾਬ ਮਿਲੇ ਤੇ ਉਹਦੀ ਰੂਹ ਮਹਿਸੂਸ ਕਰ ਸਕੋ ਤੇ ਰੋਜ਼ੇ ਦੀ ਸੁਨਤਾਂ ਦਾ ਖਿਆਲ ਕਰੋ ਇਹਨਾਂ ਚੋ ਇਹ ਰਾਤ ਨੂੰ ਆਖਰੀ ਰਾਤ ਨੂੰ ਸਹਰੀ ਕਰਨਾ ਅਗਰ ਚੇ ਪਾਣੀ ਪੀਕਰ ਆਪ ਸੱਲੱਲਾ ਸੱਲਮ ਨੇ ਫਰਮਾਇਆ ਸਹਰੀ ਦਾ ਖਾਣਾ ਬਰਕਤ ਵਾਲਾ ਹੈ ਬਸ ਇਹਨੂੰ ਨਾ ਛੱਡੋ ਅਗਰ ਚੇ ਤੁਹਾਡੇ ਚੋ ਕੋਈ ਚੰਦ ਘੁੱਟ ਪਾਣੀ ਦੇ ਪੀ ਲਵੇ ਬੇਸ਼ੱਕ ਅੱਲਾਹ ਤਾਲਾ ਸਹਰੀ ਖਾਣ ਵਾਲਿਆਂ ਤੇ ਰਹਿਮਤ ਭੇਜਦੇ ਨੇ ਤੇ ਫਰਿਸ਼ਤੇ ਉਹਨਾਂ ਵਾਸਤੇ ਦੁਆ ਕਰਦੇ ਨੇ ਇਫਤਾਰੀ 'ਚ ਜਲਦੀ ਕਰਨਾ ਆਜ਼ਾਨ ਦੇ ਨਾਲ ਤਰ ਖਜੂਰਾ ਖਾਂਦਿਆ ਹੋਇਆ ਜਾਂ ਖਜੂਰ ਅਗਰੇ ਇਹ ਨਾ ਹੋਵੇ ਤੇ ਖਜੂਰ ਔਰ ਇਹ ਨਾ ਹੋਵੇ ਤੇ ਚੰਦ ਕੁੱਟ ਪਾਣੀ ਪੀ ਲਵੇ ਜਿਵੇਂ ਕਿ ਜਿਵੇਂ ਕਿ ਹਦੀਸ ਚ ਆਇਆ ਹੈ ਇਫਤਾਰੀ ਦੇ ਵਕਤ ਇਹ ਦੁਆ ਨਬਵੀ ਪੜਨੀ ਚਾਹੀਦੀ ਹੈ ਜ਼ਹਬ ਜ਼ਮਾਉ ਵਬਤਲਤਿਲ ਉਰੂਕ ਵਥਬਤ ਲ ਅਜਰ ਇਨਸ਼ਾਅੱਲਾ ਰੋਜ਼ੇਦਾਰਾਂ ਨੂੰ ਇਫਤਾਰੀ ਕਰਵਾਉਣਾ ਹਦੀਸ ਚ ਆਂਦਾ ਹੈ ਕਿ ਜਿਸਨੇ ਇਫਤਾਰੀ ਕਰਵਾਈ उनते रोज़ेदार तरह अजर है बगैर इस दे के रोज़ेदार अजर च कोई कमी नहीं होंगी रमज़ान उमरा करना आप सल्लल्लाहु अलैहि वसल्लम ने फरमाया रमज़ान च उमराह हज दे बराबर है अपने दिन में मसरूफ करे दुआ च कुरान पढ़ने दूजे नेकी के कम बेश रमज़ान फुरसत है ईमान की मजबूती वास्ते और अग तो बचद्या हो जन्नत पान की कामयाबी वास्ते आप सल वसलम ने फरमाया उस आदमी का नक् मट्टी से हो जिन्हें रमज़ान पा लिया फिर रमज़ान चला गया और उन्हें अपने गुनाह माफ़ ना करवा सके।